ਇਹ ਦੋਵੇਂ ਉਸ ਅਕਾਲ ਪੁਰਖ ਦੇ ਸਰੂਪ ਸਾਡੇ ਸਾਹਮਣੇ ਨੇ, ਦ੍ਰਿਸ਼ਮਾਨ ਵੀ ਅਤੇ ਸੁਖਮਈ, ਅਦ੍ਰਿਸ਼ਟ ਵੀ, ਸਰਗੁਣ ਵੀ ਅਤੇ ਨਿਰਗੁਣ ਰੂਪ ਵਿੱਚ। ਅਸੀਂ ਉਸ ਵਿੱਚੋਂ, ਸਾਡੇ ਵਿੱਚ, ਸਾਡਾ ਅਤੇ ਉਸ ਦਾ ਕੋਈ ਫਰਕ ਨਹੀਂ। ਇਹ ਸਾਡਾ ਤਨ ਦਸਾਂ ਦੁਆਰਾਂ ਦਾ ਬਣਾਇਆ, ਜਿਸ ਨੂੰ ਘਰ ਕਹਿ ਦਿੱਤਾ। ਇਸ ਘਰ ਦੇ ਵਿੱਚ ਉਹਨੇ ਇੱਕ ਪਰਿਵਾਰ ਵਸਾਇਆ। ਪਰਿਵਾਰ ਦੇ ਮੈਂਬਰ ਉਸ ਸੱਚ ਵਿੱਚ ਪੈਦਾ ਹੋਏ ਨੇ, ਨਾਮ ਦੁਆਰਾ ਸੁਖਮਕਾਰ ਹੈ ਉਹਨਾਂ ਦਾ। ਜਿਸ ਪਰਿਵਾਰ ਦੇ ਮੈਂਬਰਾਂ ਦੇ ਨਾਂ ਨੇ ਆਤਮਾ, ਮਨ, ਧਰਮਰਾਏ, ਚਿੱਤਰਗੁਪਤ, ਜਮ, ਕਾਲ, ਤ੍ਰੈਗੁਣ, ਜਿਹਦੇ ਕਾਮ ਕਰੋ ਲੋਭ ਹੰਕਾਰ ਨੇ। ਇਹ ਇੱਕ ਸੱਚ ਤੋਂ ਸੂਖਮ ਆਕਾਰ ਪੈਦਾ ਹੋਇਆ, ਜਿਸ ਨੂੰ ਇੱਕ ਪਰਿਵਾਰ ਦਾ ਨਾਂ ਦੇ ਦਿੱਤਾ, ਇੱਕ ਸਰਕਾਰ ਦਾ ਨਾਂ ਦੇ ਦਿੱਤਾ। ਕਾਲ ਦੀ ਸਰਕਾਰ ਤ੍ਰੈਗੁਣ ਬਣਾ ਦਿੱਤੇ ਨੇ, ਤ੍ਰੈਗੁਣ ਕਾਲ ਇੱਕ ਹੀ ਸਰਕਾਰ ਆ। ਧਰਮ ਦੇ ਸਰਕਾਰ ਜਮ ਅਤੇ ਚਿੱਤਰਗੁਪਤ ਬਣਾ ਦਿੱਤੇ ਨੇ। ਮਨ ਖਿਡਾਰੀ ਹੈ, ਆਤਮਾ ਨਿਗਰਾਨੀ 'ਤੇ ਹੈ। ਇਹ ਪਰਿਵਾਰ ਦੀਆਂ ਡਿਊਟੀਆਂ ਲਾ ਕੇ ਕੀ ਰੋਲ ਅਦਾ ਕਰਨਗੇ, ਇਹ ਗੁਰਬਾਣੀ ਵਿੱਚ ਇਹਨਾਂ ਦੀਆਂ ਡਿਊਟੀਆਂ ਦੱਸ ਦਿੱਤੀਆਂ ਨੇ। ਡਿਊਟੀਆਂ ਲਾਉਣ ਤੋਂ ਬਾਅਦ ਇਸ ਘਰ ਵਿੱਚ ਵਸਾਤ ਹੈ, ਖੇਡ ਸ਼ੁਰੂ ਹੋਏ। ਹੁਣ ਜਿਹੜੀ ਸਾਡੀ ਆਤਮਾ ਹੈ, ਉਹ ਸਾਡੇ ਅੰਦਰ ਕਿੱਥੇ ਰਹਿੰਦੀ ਹੈ, ਉਸਦੀ ਆਵਾਜ਼ ਕਿਹੋ ਜਿਹੀ, ਜਿਹਨੂੰ ਆਪਾਂ ਆਮ ਹੀ ਕਹਿ ਦਿੰਦੇ ਹਾਂ ਆਪਦੇ ਆਤਮਾ ਦੀ ਆਵਾਜ਼ ਸੁਣੋ, ਉਸ ਪਰਮਾਤਮਾ ਦੀ ਆਵਾਜ਼ ਸੁਣੋ। ਹੁਣ ਆਤਮਾ ਅਤੇ ਪਰਮਾਤਮਾ ਦਾ ਸੰਪਰਕ ਹੈ ਆਪਸ ਵਿੱਚ। ਮਨ ਜਿਹੜਾ ਹੈ ਉਹ ਅੱਡ ਹੈ, ਮਨ ਖਿਡਾਰੀ ਇਸ ਖੇਲ ਵਿੱਚ। ਹੁਣ ਆਓ ਆਤਮਾ ਦਾ ਭੇਦ ਲੱਗੇ ਕਿ ਸਾਡੀ ਆਤਮਾ ਕਿੱਥੇ ਹੈ। ਆਤਮਾ ਦੀ ਆਵਾਜ਼ ਜਿਹਨੂੰ ਨਾਮ ਕਹਿੰਦੇ ਹਾਂ ਕਿਵੇਂ ਪ੍ਰਗਟ ਹੁੰਦਾ ਹੈ, ਪੰਜ ਸ਼ਬਦ ਕਿਵੇਂ ਪ੍ਰਗਟ ਹੁੰਦੇ ਨੇ, ਅਨਹਦ ਬਾਣੀ ਕਿਵੇਂ ਪ੍ਰਗਟ ਹੁੰਦੀ, ਤੂਰ ਕਿਵੇਂ ਪ੍ਰਗਟ ਹੁੰਦਾ, ਨਾਦ ਕਿਵੇਂ ਪ੍ਰਗਟ ਹੁੰਦਾ, ਸਾਹਿਤ ਹੁਣ ਕਿਵੇਂ ਪ੍ਰਗਟ ਹੁੰਦੀ ਹੈ, ਆਓ ਹੁਣ ਇਸ 'ਤੇ ਵਿਚਾਰ ਕਰਦੇ ਹਾਂ। ਇਹ ਜਿਹੜਾ ਬਾਹਰ ਆਪਾਂ ਜਿਹਨੂੰ ਹਰੀ ਕਹਿਤਾ ਹੈ, ਸੱਚ ਹੀ ਸੱਚ, ਇਹ ਹਰੀ ਦਾ ਘਰ ਹੈ, ਮੰਦਰ ਹੈ। ਇਹਦੇ ਵਿੱਚੋਂ ਸਾਨੂੰ ਛੋਟੀਆਂ ਛੋਟੀਆਂ ਬੱਚਿਆਂ ਨੂੰ ਕੋਠੜੀਆਂ ਬਣਾ ਕੇ ਦਿੱਤੀਆਂ ਹੋਈਆਂ ਨੇ, ਜਿਹਨਾਂ ਦਸਾਂ ਦਰ ਕਹਿਤਾ, ਥਿਰਕਾ ਕਹਿਤਾ, ਗਗਨ ਕਹਿਤਾ, ਸਾਈ ਗੁਫਾ ਕਹਿਤਾ, ਗੁਰਦੁਆਰਾ ਕਹਿਤਾ, ਮੰਦਰ ਕਹਿਤਾ, ਮਸੀਦ ਕਹਿਤਾ। ਇਹ ਦਸਵਾਂ ਦੁਆਰ, ਕੋਠੜੀ ਕਹਿਤਾ, ਕਿਲ੍ਹਾ ਕਹਿ ਦਿੱਤਾ ਜਿਸ ਨੂੰ। ਇਹ ਜਿਹੜਾ ਅਸਥਾਨ ਹੈ, ਇਹ ਇਸ ਦਾ ਹਿੱਸਾ ਹੈ, ਸੁਣ ਦਾ ਹਿੱਸਾ ਹੈ, ਦਸਵੇਂ ਆਕਾਸ਼ ਦਾ ਹਿੱਸਾ ਹੈ, ਜਿਹਨਾਂ ਦੇ ਹਰ ਮੰਦਰ ਇਹੋ ਜਗਤ ਹੈ, ਗੁਰਬਿੰਦ ਕੌਰ ਹੰਦਾਰ। ਇਹ ਜਿਹੜਾ ਸਾਡਾ ਘਰ ਹੈ, ਨਿੱਜ ਮਹਿਲ ਜਿਹਨੂੰ ਥਿਰਕਰ ਕਹਿਤਾ, ਇਹਦੇ ਵਿੱਚੋਂ ਇੱਕ ਸੁਖਮ ਨਾਰੀ ਆਉਂਦੀ ਹੈ ਜੋ ਆਪਣੀ ਰੀੜ੍ਹ ਦੇ ਅੰਦਰ ਚੱਲਦੀ ਹੈ। ਉਸ ਦੇ ਛੇਕ ਜਿਹੜੇ ਨੇ, ਪੰਜ ਛੇਕ ਨੇ ਉਸਨੂੰ, ਪਰ ਸੁੰਗੜੇ ਹੋਏ ਨੇ, ਦੋ ਸਿਰਿਆਂ ਤੋਂ ਛੇਕ ਖੁੱਲ੍ਹਦੇ ਨੇ। ਇੱਧਰ ਗਗਨ ਵਿੱਚ ਖੁੱਲ੍ਹਦਾ, ਇੱਧਰ ਨਾਭੇ ਤੋਂ ਹੇਠਾਂ ਜਿਹਨੂੰ ਆਪਾਂ ਧਰਨ ਕਹਿੰਦੇ ਹਾਂ, ਉੱਧਰ ਖੁੱਲ੍ਹਦਾ। ਹੁਣ ਜਿਸ ਤਰ੍ਹਾਂ ਪੌਣ ਨਾਲ ਸੰਪਰਕ ਹੋਇਆ, ਜਿਉਂ ਹੀ ਸਾਡਾ ਦਿਲ ਧੜਕਣ ਸ਼ੁਰੂ ਹੋਈ ਅਤੇ ਦਿਲ ਦੀ ਧੜਕਣ ਨਾਲ ਸਾਡੇ ਸਰੀਰ ਦੀਆਂ ਸਾਰੀਆਂ ਨਾੜੀਆਂ ਹਰਕਤ ਵਿੱਚ ਆਈਆਂ,
ਇਸੇ ਤਰ੍ਹਾਂ ਜਦੋਂ ਸੁਖਮਨ ਦਿਲ ਦੀ ਧੜਕਣ ਨਾਲ ਹਰਕਤ ਵਿੱਚ ਆਉਂਦੀ ਹੈ ਤਾਂ ਉਸ ਨਾੜੀ ਦੇ ਕਦੀ ਛੇਕ ਖੁੱਲ੍ਹਦੇ ਨੇ, ਕਦੀ ਬੰਦ ਹੁੰਦੇ ਨੇ। ਜਦੋਂ ਖੁੱਲ੍ਹਦੇ ਨੇ ਪ੍ਰਕਾਸ਼ ਬਾਹਰ ਚਲਾ ਜਾਂਦਾ ਹੈ ਅਤੇ ਬੰਦ ਹੁੰਦੇ ਨਾਲ ਅੰਦਰ ਪ੍ਰਵੇਸ਼ ਹੋ ਜਾਂਦਾ ਹੈ। ਹੁਣ ਆਓ ਇਸ ਰਸਤੇ 'ਤੇ ਜਦੋਂ ਜਿਹਨੂੰ ਆਪਾਂ ਧਰਨ ਕਹਿੰਦੇ ਹਾਂ, ਇਸ ਰਸਤੇ 'ਤੇ ਜਦੋਂ ਨਾਰੀ ਖੁੱਲ੍ਹਦੀ ਹੈ ਅਤੇ ਪ੍ਰਕਾਸ਼ ਨਿਕਲਦਾ ਹੈ, ਇੱਕ ਤਾਰਿਆਂ ਤੇ ਟਿਮਟਮਾਉਂਦਾ, ਜਿਹਨੂੰ ਝਿਲਮਿਲ ਦਾ ਨਾਮ ਦੇ ਦਿੱਤਾ। ਜਿਉਂ ਹੀ ਉਹ ਪ੍ਰਕਾਸ਼ ਨਿਕਲਦਾ ਨਾਲ ਹੀ ਉਹ ਛੇਕ ਬੰਦ ਹੋਣ ਕਰਕੇ, ਸੁੰਗੜੇ ਹੋਣ ਕਰਕੇ ਜਦ ਖੁੱਲ੍ਹਦੇ ਨੇ ਨਾਲ ਹੀ ਆਵਾਜ਼ ਪੈਦਾ ਹੁੰਦੀ। ਉਸ ਨੂੰ ਗੁਰਬਾਣੀ ਵੀ ਕਹਿੰਦਾ ਝਿਲਮਿਲ ਕਾਰ ਦਸੰਤਾ ਅਤੇ ਅਨਹਦ ਸ਼ਬਦ ਵਜੰਤਾ। ਜਿਉਂ ਹੀ ਇੱਥੇ ਧਿਆਨ ਲਾਓਗੇ ਇੱਥੇ ਅਨਹਦ ਸ਼ਬਦ ਪ੍ਰਗਟ ਹੋਣਗੇ। ਉਹ ਜਿਹੜੀ ਝਿਲਮਿਲ ਹੁੰਦੀ ਹੈ ਉਹ ਇੱਕ ਅੱਗੇ ਜਾ ਕੇ ਜੋ ਦਾ ਰੂਪ ਧਾਰਨ ਕਰ ਜਾਏਗੀ। ਇਹ ਜਿਹੜੇ ਪੰਜ ਸ਼ਬਦ ਨੇ ਇੱਕ ਸਹਿਤ ਹੁੰਦਾ, ਜਿਹਨੂੰ ਸਹਿਤ ਨੂੰ ਕਹਿੰਦੇ ਨੇ, ਨਾਮ ਕਹਿੰਦੇ ਨੇ, ਉਸ ਦਾ ਰੂਪ ਧਾਰਨ ਕਰ ਜਾਏਗੀ। ਜਦੋਂ ਇੱਥੋਂ ਅਗਨ ਪੈਦਾ ਹੁੰਦੀ ਹੈ, ਜਿਵੇਂ ਝਿਲਮਿਲ ਹੁੰਦੀ ਹੈ, ਜੋਤ ਪ੍ਰਗਟ ਹੁੰਦੀ ਅੱਗੇ ਜਾ ਕੇ ਜਦ ਇਕੱਠੇ ਮਿਲਦੇ ਨੇ, ਉਸ ਨੂੰ ਬ੍ਰਹਮ ਅਗਨ ਦਾ ਨਾਂ ਦੇ ਦਿੱਤਾ। ਅਤੇ ਇਹ ਜਿਹੜਾ ਸ਼ਬਦ ਪ੍ਰਗਟ ਹੁੰਦਾ ਹੈ, ਜਿਹਨੂੰ ਸਾਹਿਤ ਹੁੰਦਾ ਨਾਂ ਦੇ ਦਿੱਤਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਤੇਰਾ ਮੁੱਖ ਸੁਹਾਵਾ ਜੀਓ ਸਾਹਿਤ ਹੁਣ ਬਾਣੀ, ਇਸ ਤਰੀਕੇ ਨਾਲ ਸੱਚ ਦੇ ਮੁੱਖ ਵਿੱਚ ਆਵਾਜ਼ ਆਉਂਦੀ, ਆਤਮਾ ਦੀ ਆਵਾਜ਼। ਆਤਮਾ ਦੇ ਪਰਮਾਤਮਾ ਦਾ ਇੱਕ ਰੂਪ ਹੈ। ਇੱਧਰਲੇ ਇਹ ਉਸ ਟਾਈਮ 'ਤੇ ਦਰ ਖੁੱਲ੍ਹਦਾ ਹੈ ਜਦੋਂ ਅਸੀਂ ਦੇਹ ਛੱਡਣੀ ਹੁੰਦੀ ਹੈ। ਇਸ ਬ੍ਰਹਮ ਅਗਨ ਦੇ ਦੁਆਰਾ ਹੀ ਸਾਡੇ ਸਰੀਰ ਦੀ ਅਗਨ ਜਾਣ ਕਰਕੇ ਖੇਲ ਚੱਲਦਾ ਪਿਆ ਸਾਡੇ ਸਰੀਰ ਦਾ। ਇਸ ਬ੍ਰਹਮ ਅਗਨ ਕਰਕੇ ਸਾਡਾ ਸਰੀਰ ਗਰਮਾਇਸ਼ ਵਿੱਚ ਰਹਿੰਦਾ। ਇੱਧਰੋਂ ਹੀ ਅਸੀਂ ਵਾਪਸ ਜਾਣਾ ਹੁੰਦਾ ਹੈ, ਜਿਹਨੂੰ ਆਉਂਦੇ ਨੇ ਛੇ ਘਰਾਂ ਦੇ ਵਿੱਚ ਆਉਂਦੇ, ਖੜ ਚੱਕਰ ਜਿਹਨੂੰ ਕਹਿਤਾ, ਫਿਰ ਦਸਵੇਂ ਦੁਆਰ ਵਿੱਚ ਪ੍ਰਵੇਸ਼ ਹੋ ਜਾਣਾ ਹੁੰਦਾ। ਇਸ ਸੰਬੰਧ ਵਿੱਚ ਗੁਰਬਾਣੀ ਵਿੱਚ ਆਪਾਂ ਦੱਸਿਆ ਬਾਬੇ ਕਬੀਰ ਜੀ ਨੇ, ਮੂਲ ਦੁਆਰੇ ਬੰਧਿਆ ਬੰਧ, ਅਰਾਵ ਉੱਪਰ ਗਏ ਰਾਖਿਆ ਚੰਦ, ਪਸ਼ਮ ਦੁਆਰੇ ਸੂਰਜ ਤਪੇ ਮੇਰ ਡੰਡ ਸੇ ਪਰਬਸੇ, ਪਸ਼ਮ ਦੁਆਰੇ ਕਿਸੇ ਲੋੜ ਅਤੇ ਸਿਲ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦੁਆਰ ਕਹਿ ਕਬੀਰ ਤਾਂ ਕਾ ਅੰਤ ਨਾ ਪਾਰ। ਐਸੀ ਅਵਸਥਾ ਵਿੱਚ ਜਦੋਂ ਅਸੀਂ ਇੱਧਰ ਤੋਂ ਜਾਂਦੇ ਹਾਂ, ਕਦੇ ਸੂਰਜ ਆ ਜਾਂਦਾ, ਕਦੇ ਚੰਦਰਮਾ ਆ ਜਾਂਦਾ, ਅਤੇ ਫਿਰ ਪਸ਼ਮ ਵਾਲੇ ਪਾਸੇ ਆ, ਇਹਨੂੰ ਪਸ਼ਮ ਵਾਲਾ ਪਾਸਾ ਕਹਿੰਦੇ ਨੇ, ਇਹਨੂੰ ਖੁੱਤੀ ਆਪਾਂ ਕਹਿੰਦੇ ਨੇ, ਇਹਨੂੰ ਪਸ਼ਮ ਵਾਲਾ ਪਾਸਾ ਕਹਿੰਦੇ, ਸਾਡੇ ਮਸਤਨ ਪੂਰਬ ਵਾਲਾ ਪਾਸਾ ਕਹਿੰਦੇ। ਇੱਥੇ ਸੂਰਜ ਦਾ ਪ੍ਰਕਾਸ਼, ਜਿਵੇਂ ਪਿੱਛੇ ਜਿਹਾ ਆਏ ਸੀ ਇੱਥੇ ਗੁਰਮੁਖ ਅਮੈਰੀਕਾ ਤੋਂ, ਅਤੇ ਉਹ ਇੱਕ ਕਿਸੇ ਦੇਸ਼ ਵਿੱਚ ਗਿਆ ਗੁਰਮੁਖ, ਅਤੇ ਬੜਾ ਚਾਅ ਨਾਲ ਦੱਸਣ ਲੱਗਾ ਜੀ ਆਹ ਨਵੀਂ ਇੱਕ ਖੋਜ ਨਿਕਲੀ ਹੈ ਮੇਰੀ, ਉਹਨਾਂ ਫੋਟੋ ਖਿੱਚੀ ਅਤੇ ਮਗਰ ਮੇਰੇ ਪ੍ਰਕਾਸ਼ ਆਇਆ, ਬੜਾ ਖੁਸ਼। ਅਤੇ ਉਹਨੂੰ ਫਿਰ ਦੱਸਿਆ ਵੀ ਇਹ ਤਾਂ ਨਵੀਂ ਖੋਜ ਤੁਹਾਡੇ ਵਾਸਤੇ ਆ, ਗੁਰਬਾਣੀ ਦੇ ਵਿੱਚ 500 ਸਾਲ ਪਹਿਲਾਂ ਹੀ ਖੋਜ ਕੇ ਦੱਸਿਆ ਹੋਇਆ ਵੀ ਸਾਰਿਆਂ ਦੇ ਅੰਦਰ ਮਗਰ ਪ੍ਰਕਾਸ਼ ਹੈ ਸੂਰਜ ਦਾ, ਜਿਸ ਨੂੰ ਮਹਾਰਾਜ ਦੇ ਮੂਲ ਦੁਆਰੇ ਬੰਧਿਆ ਬੰਧ ਰੱਬ ਪਰ ਗਿਆ ਰੱਖਿਆ ਜਾਂਦਾ, ਪਸ਼ਮ ਦੁਆਰੇ ਸੂਰਜ ਤਪੇ, ਇਹ ਸੂਰਜ ਦਾ ਪ੍ਰਕਾਸ਼ ਅੰਦਰ। ਅੱਛਾ, ਬਾਣੀ ਵਿੱਚ ਵੀ ਦੱਸਿਆ, ਮੈਂ ਇਹ ਤਾਂ ਤੁਹਾਡੇ ਲਈ ਅੱਜ ਖੋਜ ਨਿਕਲੀ ਹੈ, ਅਤੇ ਗੁਰਬਾਣੀ ਤਾਂ 500 ਸਾਲ ਪਹਿਲਾਂ ਹੀ ਦੱਸ ਗਏ ਨੇ। ਉਹ ਬੜਾ ਹੈਰਾਨ ਹੋਇਆ, ਜਾਣੀ ਕਿ ਜਿਹੜੀ ਚੀਜ਼ ਦਾ ਗਿਆਨ ਨਹੀਂ ਉਹ ਸਾਡੇ ਲਈ ਨਵੀਂ ਹੁੰਦੀ ਹੈ। ਅਤੇ ਇਸ ਕਰਕੇ ਗੁਰਬਾਣੀ ਦੇ ਵਿੱਚ ਸਾਨੂੰ ਪੂਰਾ ਸਹਿਜ ਖੋਜ ਕੇ ਹਰ ਇੱਕ ਚੀਜ਼ ਦੱਸੀ ਹੋਈ ਹੈ। ਆਹ ਜਿਹੜਾ ਸਾਡਾ ਸਿਰ ਹੈ ਮਗਰ